टुडे पंजाब न्यूज़ चैनल दीया खास खास खबरਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਅਤਰ ਸੇਮ ਸਿੰਘ ਮਠਾੜੂ ਗੱਲ ਕਰਦੇ ਆ ਅੱਜ ਦੀਆਂ ਉਹ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ CBSE ਤੀਜੀ ਤੋਂ ਛੇਵੀਂ ਜਮਾਤ ਲਈ ਨਵਾਂ ਸਿਲੇਬਸ ਜਾਰੀ ਕਰੇਗਾ ਅੰਗਹੀਨਾ ਦੇ ਮੈਡੀਕਲ ਟੈਸਟ ਤੇ ਸਰਟੀਫਿਕੇਟਾਂ ਸੰਬੰਧੀ ਸਿੱਖਿਆ ਬਾਗ ਨੇ ਦਿੱਤੇ ਇਹ ਹੁਕਮ ਸੁਨਾਮ ਤੇ ਜ਼ਹਿਰੀਲੀ ਸ਼ਰਾਬ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਮ੍ਰਿਤਕਾਂ ਦੀ ਗਿਣਤੀ 22 ਹੋਈ ਮੁਸੀਬਲਾ ਦੇ ਪਿਤਾ ਨੇ ਬੱਚੇ ਦੇ ਦਸਤਾਵੇਜ਼ ਸਰਕਾਰ ਨੂੰ ਸੌਂਪੇ ਕਿਹਾ ਹੋਰ ਵੇਰਵੇ ਮੰਗੇ ਜਾਣਗੇ ਤਾਂ ਉਹ ਵੀ ਦੇਵਾਂਗਾ ਜੇਲ੍ਹ ਤੋਂ ਆਇਆ ਸੀਐਮ ਅਰਵਿੰਦ ਕੇਜਰੀਵਾਲ ਦਾ ਸੁਨੇਹਾ ਪਤਨੀ ਸੁਨੀਤਾ ਨੇ ਸੁਨਾਇਆ ਅਰਵਿੰਦ ਕੇਜਰੀਵਾਲ ਨੂੰ ਝਟਕਾ ਗ੍ਰਿਫਤਾਰੀ ਤੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਤੁਰੰਤ ਸੁਣਵਾਈ ਤੋਂ ਦਿੱਲੀ ਹਾਈ ਕੋਰਟ ਨੇ ਕੀਤਾ ਇਨਕਾਰ ਚੋਣ ਬਾੰਡ ਦੇ ਰੂਪ ਵਿੱਚ ਬੀਜੇਪੀ ਵੱਲ ਸਿੱਧੇ ਤੌਰ ਤੇ ਲਈ ਗਈ ਰਿਸ਼ਵਤ ਐਡਵੋਕੇਟ ਸੇਠੀ ਦਿੱਲੀ ਦੇ ਮੁੱਖ ਮੰਤਰੀ ਦਾ ਦਫ਼ਤਰ ਜੇਲ੍ਹ ਚ ਸਥਾਪਿਤ ਕਰਨ ਲਈ ਅਦਾਲਤ ਤੋਂ ਇਜਾਜ਼ਤ ਮੰਗਾਂਗੇ ਭਗਵਾਨਤਮਾਨ ਜਲਦ ਖਤਮ ਨਹੀਂ ਹੋਣ ਵਾਲੀਆਂ ਸੀਐਮ ਕੇਜਰੀਵਾਲ ਦੀਆਂ ਮੁਸ਼ਕਲਾਂ ਈਡੀ ਤੋਂ ਬਾਅਦ ਸੀਬੀਆਈ ਲੈ ਸਕਦੀ ਹੈ ਰਿਮਾਂਡ ਤੇ ਨਿੱਜੀ ਸਕੂਲਾਂ ਦੀ ਮਨਮਾਨੀ ਰੋਕਣ ਲਈ ਸਿੱਖਿਆ ਭਗ ਨੇ ਕਾਸਿਆ ਸ਼ਿਕੰਜਾ ਜਾਰੀ ਕੀਤੇ ਨਿਰਦੇਸ਼ ਸਾਵਧਾਨ ਪੈਣ ਵਾਲੀ ਹੈ ਭਿਆਨਕ ਗਰਮੀ 5 ਤੱਕ ਹੀਟ ਵੇਵ ਦੀ ਚੇਤਾਵਨੀ ਜਿਹੜੇ ਦਿੱਲੀ 'ਚ ਚੋਰ ਉਹ ਪੰਜਾਬ 'ਚ ਸਾਧੂ ਕਿਵੇਂ ਬਣ ਸਕਦੇ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੋਲੇ ਮਨਜੀਠੀਆ ਤਾਂ ਦੋਸਤੋ ਅੱਜ ਦੀਆਂ ਆਪਣੀਆਂ ਇਸ ਵੇਲੇ ਦੀਆਂ ਚੌੜਮੀਆਂ ਖਬਰਾਂ ਹੁਣ ਗੱਲ ਕਰਦੀਆਂ ਖਬਰਾਂ ਦੀ ਵਿਸਤਾਰ ਨਾਲ ਕਿ CBSE ਤੀਜੀ ਤੋਂ ਛੇਵੀਂ ਜਮਾਤ ਲਈ ਨਵਾਂ ਸਿਲੇਬਸ ਜਾਰੀ ਕਰੇਗਾ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ NCERT 1 April ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸਾਲ 2024-25 ਲਈ ਤੀਜੀ ਤੋਂ ਛੇਵੀਂ ਜਮਾਤ ਲਈ ਨਵਾਂ ਸਿਲੇਬਸ ਅਤੇ ਪਾਠ ਪੁਸਤਕਾਂ ਜਾਰੀ ਕਰੇਗੀ ਹੋਰ ਜਮਾਤਾਂ ਦੇ ਸਿਲੇਬਸ ਅਤੇ ਪਾਠ ਪੁਸਤਕਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇ ਦੀ CBSE ਦੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕੇਂਦਰੀ ਸਕੈਂਟਰੀ ਸਿੱਖਿਆ ਬੋਰਡ CBSE ਨੇ ਸਬੰਧਤ ਸਕੂਲਾਂ ਨੂੰ ਭੇਜੀ ਚਿੱਠੀ ਚ ਕਿਹਾ ਹੈ ਕਿ NCERT ਨੇ ਉਸ ਨੂੰ ਸੂਚਿਤ ਕੀਤਾ ਹੈ ਕਿ ਤੀਜੀ ਤੋਂ 6ਵੀਂ ਜਮਾਤ ਲਈ ਨਵਾਂ ਸਿਲੇਬਸ ਅਤੇ ਪਾਠ ਪੁਸਤਕਾਂ ਪ੍ਰਕਿਰਿਆ ਵਿੱਚ ਹਨ ਅਤੇ ਜਲਦ ਹੀ ਜਾਰੀ ਕੀਤੀਆਂ ਜਾਣਗੀਆਂ CBSE ਦੇ ਡਾਇਰੈਕਟਰ ਜੋਸਫ ਮਨਵਰਨਲ ਨੇ ਕਿਹਾ ਕਿ ਸਕੂਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਸ ਕੋ ਸਾਲ 2023 ਤੱਕ NCERT ਵੱਲੋਂ ਪ੍ਰਕਾਸ਼ਿਤ ਪਾਠ ਪੁਸਤਕਾਂ ਦਿੱਤਾ ਤੀਜੀ ਤੋਂ ਛੇਵੀਂ ਜਮਾਤ ਲਈ ਨਵੇਂ ਸਿਲੇਬਸ ਅਤੇ ਪਾਠ ਪੁਸਤਕਾਂ ਨੂੰ ਅਪਣਾਉਣ ਅੰਗਹੀਨਾਂ ਦੇ ਮੈਡੀਕਲ ਟੈਸਟ ਦੇ ਸਰਟੀਫਿਕੇਟਾਂ ਸਬੰਧੀ ਸਿੱਖਿਆ ਭਾਗ ਨੇ ਦਿੱਤੇ ਇਹ ਹੁਕਮ ਸਿੱਖਿਆ ਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਅੰਗਹੀਨ ਅਧਿਕਾਰੀਆਂ ਕਰਮਚਾਰੀਆਂ ਦੇ ਮੈਡੀਕਲ ਸਰਟੀਫਿਕੇਟਾਂ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਨੇ ਇਸ ਸਬੰਧੀ ਪੱਤਰ ਜਾਰੀ ਕਰਕੇ ਵਿਭਾਗ ਨੇ ਚਾਰ ਵਕਫਾਕ ਮੈਡੀਕਲ ਬੋਰਡਾਂ ਦਾ ਗਠਨ ਕੀਤਾ ਪੱਤਰ ਵਿੱਚ ਲਿਖਿਆ ਗਿਆ ਕਿ ਅੰਗਹੀਨਾਂ ਦੇ ਮੈਡੀਕਲ ਟੈਸਟ ਦੇ ਸਰਟੀਫਿਕੇਟ ਦੀ ਪੜਤਾਲ ਕਰਕੇ ਤੁਰੰਤ ਵਿਭਾਗ ਨੂੰ ਭੇਜਿਆ ਜਾਵੇ ਇਹ ਵੀ ਲਿਖਿਆ ਗਿਆ ਕਿ ਪਰਫਾਰਮੇ ਅਨੁਸਾਰ ਦਫ਼ਤਰਾਂ ਅਤੇ ਸਕੂਲਾਂ ਦੀ ਸ joint ਸੂਚਨਾ ਦੀ ਸਟਾਫ ਕਾਪੀ ਈਮੇਲ ਰਾਹੀਂ ਭੇਜੀ ਜਾਵੇ ਸਕੂਲਾਂ ਵੱਲੋਂ ਸਿੱਧੀ ਭੇਜੀ ਗਈ ਸੂਚਨਾ ਸਵੀਕਾਰਨ ਨਹੀਂ ਕੀਤੀ ਜਾਵੇਗੀ ਇਹ ਵੀ ਕਿਹਾ ਗਿਆ ਕਿ ਪਰਫਾਰਮੇ ਦਾ ਕੋਈ ਵੀ ਕਾਲਮ ਖਾਲੀ ਨਾ ਛੱਡਿਆ ਜਾਵੇ ਸੁਨਾਮ ਚ ਜ਼ਹਿਰੀਲੀ ਸ਼ਰਾਬ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਮ੍ਰਿਤਕਾਂ ਦੀ ਗਿਣਤੀ 22 ਹੋਈ ਸੁਨਾਮ ਸ਼ਹਿਰ ਦੇ ਵਾਰਡ ਨੰਬਰ 6 ਦੇ ਇੱਕ ਵਿਅਕਤੀ ਨੇ ਇੱਕ ਵਿਅਕਤੀ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਜਿਹੜਾ ਸੰਗਰੂਰ ਵਿੱਚ ਮਰਨ ਵਾਲਿਆਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ ਸੁਨਾਮ ਖੇਤ ਦੇ ਵਿੱਚ 13 ਅਤੇ ਦਿੜਬਾ ਖੇਤਰ ਵਿੱਚ 9 ਲੋਕਾਂ ਦੀ ਮੌਤ ਹੋਈ ਹੈ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 6 ਦੇ ਵਸਨੀਕ ਗੁਰਨਾਮ ਸਿੰਘ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ ਮੌਤ ਦੀ ਪੁਸ਼ਟੀ ਕਰਦੇ ਸਿਵਲ ਹਸਪਤਾਲ ਸੁਨਾਮ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੰਜੇ ਕਾਮਰਾਂ ਨੇ ਦੱਸਿਆ ਕਿ ਗੁਰਨਾਵ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਪਰ ਡਾਕਟਰੀ ਜਾਂਚ ਦਣ ਉਸ ਦੀ ਬਹੁਤ ਅਗੱਠੇ ਤੌਰ ਤੇ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਨਾਲ ਹੋਈ ਹੈ। ਮੂਸੇਵਾਲਾ ਦੇ ਪਿਤਾ ਨੇ ਬੱਚੇ ਦੇ ਦਸਤਾਵੇਜ਼ ਸਰਕਾਰ ਨੂੰ ਸੌਂਪੇ ਕਿਹਾ ਹੋਰ ਵੇਰਵੇ ਮੰਗੇ ਜਾਣਗੇ ਤਾਂ ਉਹ ਵੀ ਦੇਵਾਂਗਾ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਾਮ ਜਮੇ ਬੱਚੇ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਸੂਬਾ ਸਰਕਾਰ ਨੂੰ ਸੌਂਪ ਦਿੱਤੇ ਨੇ ਬਲਕੌਰ ਸਿੰਘ ਅਨੁਸਾਰ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਸਰਕਾਰੀ ਨੋਟਿਸ ਮਿਲਿਆ ਸੀ ਕਿ ਉਹਨਾਂ ਕਿਹਾ ਕਿ ਜੇਕਰ ਸਰਕਾਰ ਹੋਰ ਜਾਣਕਾਰੀ ਮੰਗੇਗੀ ਤਾਂ ਉਹ ਵੀ ਮਹਈਆ ਕਰਵਾਵੇਗੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਈਵੀਐਫ ਦਾ ਸਿਰਫ ਟਰੀਟਮੈਂਟ ਵਿਦੇਸ਼ ਵਿੱਚ ਹੋਇਆ ਪਰ ਬੱਚੇ ਦਾ ਜਨਮ ਪੰਜਾਬ ਵਿੱਚ ਹੋਇਆ ਆਈਵੀਐਫ ਰਾਹੀਂ ਗਰਭਵਤੀ ਹੋਣ ਉਪਰੰਤ ਸਰਕਾਰੀ ਹਸਪਤਾਲ ਤੋਂ ਲੋੜੀ ਦਾ ਇਲਾਜ ਕਰਵਾਇਆ ਗਿਆ ਮੂਸੇਵਾਲਾ ਦੀ ਮਾਂ ਨੇ 17 ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਬੰਦੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਰਿਪੋਰਟ ਮੰਗੀ ਸੀ ਜੇਲ ਤੋਂ ਆਇਆ ਸੀਐਮ ਅਰਵਿੰਦ ਕੇਜਰੀਵਾਲ ਦਾ ਸਨੇਹਾ ਪਤਨੀ ਸੁਨੀਤਾ ਨੇ ਸੁਣਾਇਆ ਦੇਖੋ ਕੀ ਕਿਹਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗ੍ਰਿਫਤਾਰੀ ਤੋਂ ਬਾਅਦ ਜੇਲ ਤੋਂ ਦੇਸ਼ ਵਿਦੇਸ਼ ਦੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ ਸ਼ਨੀਵਾਰ ਨੂੰ ਉਹਨਾਂ ਦੀ ਪਤਨੀ ਸੁਨੀਤਾ ਸੁਨੀਤਾ ਕੇਜਰੀਵਾਲ ਨੇ ਇਸ ਸੰਦੇਸ਼ ਬਾਰੇ ਸਾਰਿਆਂ ਨੂੰ ਦੱਸਿਆ ਦਿੱਲੀ ਦੇ ਮੁੱਖ ਮੰਤਰੀ ਦੀ ਪਤਨੀ ਨੇ 3 ਮਿੰਟ 16 ਸਕਿੰਟ ਦਾ ਵੀਡੀਓ ਸੰਦੇਸ਼ ਜਾਰੀ ਕਰਦਿਆ ਕਿਹਾ ਕਿ ਦਿੱਲੀ ਵਾਸੀਆਂ ਦੇ بیٹے ਅਤੇ ਭਰਾ ਆਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਤੁਹਾਡੇ ਲਈ ਸੰਦੇਸ਼ ਭੇਜਿਆ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਹੋਵੇ ਜਾਂ ਬਾਹਰ ਉਹਨਾਂ ਨੇ ਦੇਸ਼ ਦੀ ਸੇਵਾ ਕਰਨੀ ਉਹ ਭਾਤ ਨੂੰ ਅੱਗੇ ਲਿਜਾਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਸਨੇਹ ਅਨੁਸਾਰ ਉਨ੍ਹਾਂ ਅਜੇ ਤੱਕ ਕਾਫੀ ਸੰਘਰਸ਼ ਕੀਤੇ ਉਸ ਦੇ ਜੀਵਨ ਵਿੱਚ ਵੀ ਵੱਡੇ ਸੰਘਰਸ਼ ਲਿਖੇ ਹੋਏ ਨੇ ਜਿਸ ਅਹਿ ਚ ਇਹ ਗ੍ਰਿਫਤਾਰੀ ਉਨ੍ਹਾਂ ਨੂੰ ਹੈਰਾਨ ਨਹੀਂ ਕਰਦੀ ਉਸ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲਿਆ ਹੈ ਭਾਰਤ ਨੂੰ ਦੁਬਾਰਾ ਮਹਾਨ ਅਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਾਉਣ ਲਈ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਭਾਰਤ ਦੇ ਅੰਦਰ ਅਤੇ ਬਾਹਰ ਬਹੁਤ ਸਾਰੀਆਂ ਤਾਕਤਾਂ ਜੋ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਨੇ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਰਹਿਣਾ ਹੈ ਤੇ ਉਹਨਾਂ ਨੂੰ ਪਛਾਣਨਾ ਹੈ ਤੇ ਉਹਨਾਂ ਨੂੰ ਹਰਾਉਣਾ ਹੈ ਭਾਰਤ ਦੀਆਂ ਅਨੇਕਾਂ ਦੇਸ਼ ਭਗਤ ਸ਼ਕਤੀਆਂ ਨਾਲ ਜੁੜ ਕੇ ਉਹਨਾਂ ਨੂੰ ਮਜ਼ਬੂਤ ਕਰਨਾ ਹੈ ਆਰਵਿੰਦ ਕੇਜਰੀਵਾਲ ਨੂੰ ਛੱਡ ਕੇ ਗ੍ਰਿਫਤਾਰੀ ਦੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਤੁਰੰਤ ਸੁਣਵਾਈ ਤੋਂ ਦਿੱਲੀ ਹਾਈ ਕੋਰਟ ਨੇ ਕੀਤਾ ਇਨਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਤੋਂ ਝਟਕਾ ਲੱਗਾ ਹੈ ਜੀ ਮੁੱਖ ਮੰਤਰੀ ਨੇ ਉਸ ਦੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਹੈ ਇਸ ਦੇ ਲਈ 24 ਮਾਰਚ ਨੂੰ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ ਅਦਾਲਤ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ 27 ਮਾਰਚ ਲਈ ਸੂਚੀਬੱਧ ਕਰ ਦਿੱਤੀ ਹੈ ਮੁੱਖ ਮੰਤਰੀ ਕੇਜਰੀਵਾਲ ਨੇ ਸ਼ਨੀਵਾਰ ਨੂੰ ਈਡੀ ਦੁਆਰਾ ਆਪਣੀ ਗ੍ਰਿਫਤਾਰੀ ਅਤੇ ਹੇਠਲੀ ਅਦਾਲਤ ਦੁਆਰਾ 22 ਮਾਰਚ 2024 ਨੂੰ ਦਿੱਤੇ ਰਿਮਾਂਡ ਦੇ ਆਦੇਸ਼ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਹਨਾਂ ਦੇ ਵਕੀਲ ਨੇ ਚੀਫ ਜਸਟਿਸ ਤੋਂ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ। ਚੋਰ ਬਾਣ ਦੇ ਰੂਪ ਵਿੱਚ ਭਾਜਪਾ ਵੱਲੋਂ ਸਿੱਧੇ ਤੌਰ ਤੇ ਲਈ ਗਈ ਰਿਸ਼ਵਤ ਐਡਵੋਕੇਟ ਸੇਟੀ ਪਿਛਲੇ ਦਿਨਾਂ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ED ਵੱਲੋਂ ਉਹਨਾਂ ਤੇ ਦੋਸ਼ ਲਗਾਏ ਗਏ ਹਨ ਕਿ ਦਿੱਲੀ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਵੰਡਣ ਵਿੱਚ 100 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਅਤੇ ਇਸ ਘੁਟਾਲੇ ਦੇ ਮਾਸਟਰਮਾਈਂਡ ਆਰਵਿੰਦ ਕੇਜਰੀਵਾਲ ਨੇ ਆਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਤੇ ਦਿੱਲੀ ਵਿੱਚ ਕੇਂਦਰ ਸਰਕਾਰ ਖਿਲਾਫ ਰੋਜ਼ ਮਜਹਰੇ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਪੰਜਾਬ ਵਾਈਸ ਪ੍ਰੈਜ਼ੀਡੈਂਟ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾ ਰਵਈਆ اختیار ਕਰ ਰਹੀ ਹੈ ਆਪਣੀ ਦਲੀਲ ਪੇਸ਼ ਕਰਦੇ ਹੋਏ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਹైదరాబాద్ ਦੀ ਕੰਪਨੀ ਆਰੋਬਿੰਦੂ ਫਾਰਮਾ ਜੋ ਕਿ ਸ਼ਰਾਬ ਦੇ ਠੇਕੇ ਵਿੱਚ ਲਾਉਂਦੀ ਅਸਕੋਲ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ 100 ਕਰੋੜ ਰੁਪਏ ਦੇ ਈਡੀ ਵੱਲੋਂ ਇਲਜ਼ਾਮ ਲਾਏ ਗਏ ਨੇ ਉਹਨਾਂ ਕਿ ਹੱਕ ਜਦ ਕੇ ਕਾਗਜ਼ੀ ਰਿਕਾਰਡ ਵਿੱਚ ਇਹ ਨਜ਼ਰ ਨਹੀਂ ਆ ਰਿਹਾ ਕਿ ਕਾਗਜ਼ੀ ਰਿਕਾਰਡ ਵਿੱਚ ਇਹ ਨਜ਼ਰ ਆ ਰਿਹਾ ਕਿ ਆਰਬਿੰਦੋ ਫਾਰਮਾ ਦੇ ਐਮ ਡੀ ਸੱਦ ਰੈਡੀ ਵੱਲੋਂ ਭਾਜਪਾ ਨੂੰ 34 ਕਰੋੜ ਰੁਪਏ ਚੰਦੇ ਵਜੋਂ ਦਿੱਤਾ ਗਿਆ ਜਿਸ ਦੀ ਪੋਜ਼ਿਟਿਵ ਚੋਣਾਂ ਬਾਣ ਵਜੋਂ ਰਿਕਾਰਡ ਦੇ ਤੌਰ ਤੇ ਕੀਤੀ ਜਾ ਰਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਆਤੀਸ਼ੀ ਨੇ ਇਹ ਕਿਹਾ ਹੈ ਕਿ ਕੁੱਲ 55 ਕਰੋੜ ਰੁਪਏ ਦੇ ਚੋਣ ਬਾਣ ਸੱਦ ਰੈਡੀ ਵੱਲੋਂ ਲਏ ਗਏ ਹਨ ਜਿਸ ਵਿੱਚ 34 ਕਰੋੜ ਸਿੱਧੇ ਤੌਰ ਤੇ ਬੀਜੇਪੀ ਨੂੰ ਪਹੁੰਚਿਆ ਹੈ ਦਲੀ ਦੇ ਮੁੱਖ ਮੰਤਰੀ ਦਾ ਦਫ਼ਤਰ ਜੇਲ੍ਹ 'ਚ ਸਥਾਪਿਤ ਕਰਨ ਲਈ ਅਦਾਲਤ ਤੋਂ ਇਜਾਜ਼ਤ ਮੰਗਾਂਗੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਨੇਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਦਲੀਦ ਦੇ ਉਹਨਾਂ ਦੇ ਹਮਨੁਤਬਾ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਤੇ ਜੱਜਾਰੀ ਨੇ ਤਾਂ ਸਰਕਾਰ ਚਲਾਉਣ ਲਈ ਉਹਨਾਂ ਦਾ ਦਫ਼ਤਰ ਸਥਾਪਿਤ ਕਰਨ ਲਈ ਅਦਾਲਤ ਤੋਂ ਇਜਾਜ਼ਤ ਮੰਗਣਗੇ ਉਹਨਾਂ ਇਹ ਵੀ ਕਿਹਾ ਕਿ ਆਪ ਚ ਕੇਜਰੀਵਾਲ ਦੀ ਥਾਂ ਕੋਈ ਨਹੀਂ ਲੈ ਸਕਦਾ ਇਹ ਪੁੱਛੇ ਜਾਂ ਤੇ ਕੇਦਰੀਵਾਲ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਜਾਂਦਾ ਤਾਂ ਉਹ ਆਪਣੀ ਸਰਕਾਰ ਕਿਵੇਂ ਚਲਾਉਣਗੇ ਭਗਵਾਨ ਤੁਮਾਨ ਨੇ ਕਿਹਾ ਕਿ ਇਹ ਕਿਤੇ ਵੀ ਨਹੀਂ ਲਿਖਿਆ ਕਿ ਸਰਕਾਰ ਜੇਲ੍ਹ ਤੋਂ ਨਹੀਂ ਚਲਾਈ ਜਾ ਸਕਦੀ ਦਿੱਲੀ ਆਪਕਾਰੀ ਨੀਤੀ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਗਰਫਤਾਰ ਕੀਤਾ ਗਿਆ ਕੇਦਰੀਵਾਲ ਨੂੰ ਅਦਾਲਤ ਨੇ 28 ਮਾਰਚ ਤੱਕ ਈਰੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਭਾਈਪਾਣੀ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ ਮਾਨ ਨੇ ਕਿਹਾ ਕਿ ਕਾਨੂੰਨ ਕਹਿੰਦਾ ਕਿ ਉਹ ਦੋਸ਼ੀ ਪਾਏ ਜਾਣ ਤੱਕ ਜੇਲ੍ਹ ਤੋਂ ਕੰਮ ਕਰ ਸਕਦੇ ਅਸੀਂ ਜੇਲ੍ਹ 'ਚ ਦਫ਼ਤਰ ਸਥਾਪਿਤ ਕਰ ਲੈ ਸੁਪਰੀਮ ਕੋਰਟ ਹਾਈ ਕੋਰਟ ਤੋਂ ਇਜਾਜ਼ਤ ਤੋਂ ਮੰਗਾ ਕਿ ਸਰਕਾਰ ਕੰਮ ਕਰੇਗੀ ਜਲਦ ਖਤਮ ਹੋਣ ਵਾਲੀਆਂ ਨੇ ਸੀਐਮ ਕੇਜਰੀਵਾਲ ਦੀਆਂ ਮੁਸ਼ਕਲਾਂ ਈਡੀ ਤੋਂ ਬਾਅਦ ਜਲਦੀ ਖਤਮ ਨਹੀਂ ਹੋਣ ਵਾਲੀਆਂ ਸੀਐਮ ਕੇਜਰੀਵਾਲ ਦੀਆਂ ਮੁਸ਼ਕਲਾਂ ਈਡੀ ਤੋਂ ਬਾਅਦ ਸੀਬੀਆਈ ਲੈ ਸਕਦੀ ਹੈ ਰਿਮਾਂਡ ਤੇ ਦਿੱਲੀ ਆਪਕਾਰੀ ਨੀਤੀ ਕਬਲੇ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਜਲਦੀ ਖਤਮ ਨਹੀਂ ਹੋਣਗੀਆਂ ਸਗੋਂ ਇਹ ਵਧ ਸਕਦੀਆਂ ਨੇ ਕਿਉਂਕਿ ਈਡੀ ਦੀ ਰਿਮਾਂਡ ਤੋਂ ED ਦੀ ਮਾਰਦੀ ਮਿਆਦ ਖਤਮ ਹੋਣ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ CBI ਵੀ ਜਾਂਚ ਕਰ ਸਕਦੀ ਹੈ ਉਸ ਨੂੰ ਇਸ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਤੇ ਪੁੱਛਗਿੱਛ ਲਈ ਰਿਮਾਂਡ ਤੇ ਲਿਆ ਗਿਆ ਹੈ ED ਮਨੀ ਲਾਂਡਰਿੰਗ ਦੇ ਤਹਿਤ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਪੈਸੇ ਦਾ ਪਤਾ ਲਗਾਇਆ ਜਾ ਸਕੇ ਇੱਕ ਵਾਰ ED ਦਾ ਰਿਮਾਂਡ ਖਤਮ ਹੋਣ ਤੋਂ ਬਾਅਦ CBI ਕੇਜਰੀਵਾਲ ਨੂੰ ਰਿਮਾਂਡ ਤੇ ਲੈ ਲੈ ਅਦਾਲਤ ਦਾ ਨੁਕਾ ਕਰ ਸਕਦੀ ਹੈ ਕਿਉਂਕਿ ਇਹ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਉਸ ਅਪਰਾਧੀ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਇਸਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀ ਅਤੇ ਹੋਰਾਂ ਨੂੰ ਗਰਫਤਾਰ ਕੀਤਾ ਹੈ ਨਿੱਜੀ ਸਕੂਲਾਂ ਦੀ ਮਨਮਾਨੀ ਰੋਕਲੇ ਸਿੱਖਿਆ ਭਾਗ ਨੇ ਕਸ਼ਸ਼ਕੰਜਾ ਜਾਰੀ ਕੀਤੇ ਨਿਰਦੇਸ਼ ਨਿੱਜੀ ਸਕੂਲਾਂ ਦੀ ਮਨਮਾਨੀ ਰੋਕਲੇ ਸਿੱਖਿਆ ਭਾਗ ਨੇ ਗਾਈਡਲਾਈਨ ਜਾਰੀ ਕੀਤੀਆਂ ਨੇ ਇਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਪਰਿਸਰ ਚ ਕਿਤਾਬਾਂ ਤੇ ਯੂਨੀਫਾਰਮ ਨਹੀਂ ਵੇਚ ਸਕਦੇ ਦੂਜੇ ਪਾਸੇ ਕਿਤਾਬਾਂ ਤੇ ਹੋਰ ਸਮੱਗਰੀ ਤੇ ਸਕੂਲਾਂ ਦਾ ਨਾਮ ਵੀ ਨਹੀਂ ਅੰਕਿਤ ਕੀਤਾ ਜਾ ਸਕਦਾ ਇਹ ਨਹੀਂ ਕਿ ਮਾਪਿਆਂ ਤੇ ਕਿਸੇ ਦੁਕਾਨ ਤੋਂ ਕਿਤਾਬਾਂ ਖਰੀਦਣ ਦਾ ਦਬਾਅ ਬਣਾਇਆ ਜਾਵੇ ਗਾਈਡਲਾਈਨ ਦੀ ਪਾਲਣਾ ਨਾ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ ਸਿੱਖ ਚੰਡੀਗੜ੍ਹ ਸਿੱਖਿਆ ਭਾਰੇ ਨੇ ਮਾਪਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਈ ਪ੍ਰਾਈਵੇਟ ਸਕੂਲ ਵਿਸ਼ੇਸ਼ ਦੁਕਾਨ ਤੋਂ ਕਿਤਾਬ ਜਾਂ ਯੂਨੀਫਾਰਮ ਖਰੀਦਣ ਦਾ ਦਬਾਅ ਪਾਉਂਦੇ ਹਨ ਤਾਂ ਲਿਖਤ ਵਿੱਚ ਸ਼ਿਕਾਇਤ ਦੇ ਸਕਦੇ ਨੇ ਮੈਨੇਜਮੈਂਟ ਮਾਪਿਆਂ ਨੂੰ ਸਕੂਲਾਂ ਦੇ ਵਾਟਸਐਪ ਗਰੁੱਪ ਤੇ ਖਾਸ ਦੁਕਾਨਾਂ ਦਾ ਪਤਾ ਦੱਸ ਰਹੇ ਹਨ ਜਿਸ ਵਿੱਚ ਦੁਕਾਨ ਦਾ ਨਾਮ ਤੇ ਪਤਾ ਵੀ ਲਿਖਿਆ ਹੁੰਦਾ ਮਾਪਿਆਂ ਨੂੰ ਉਸੇ ਦੁਕਾਨ ਤੋਂ ਯੂਨੀਫਾਰਮ ਖਰੀਦਣ ਲਈ ਕਿਹਾ ਜਾ ਰਿਹਾ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕਾਂ ਨੂੰ ਯੂਨੀਫਾਰਮ ਦੇ ਸੈਂਪਲ ਤੇ ਰੰਗਾਂ ਬਾਰੇ ਭੇਜਣਾ ਚਾਹੀਦਾ ਹੈ ਨਾ ਕਿ ਦੁਕਾਨਾਂ ਦਾ ਦੁਕਾਨਾਂ ਦਾ ਨਾਮ ਜਿਹੜੇ ਦੁਕਾਨਾਂ ਦਾ ਨਾਮ ਸਕੂਲ ਭੇਜ ਰਹੇ ਨੇ ਉਹ ਹੋਰ ਦੁਕਾਨਾਂ ਤੋਂ ਮਹਿੰਗੇ ਰੇਟਾਂ ਤੇ ਸਮਾਨ ਵੇਚਦੇ ਨੇ ਇਹ ਨਿੱਜੀ ਸਕੂਲਾਂ ਦੀਆਂ ਮਹਿੰਗੀਆਂ ਕਿਤਾਬਾਂ ਤੇ ਯੂਨੀਫਾਰਮ ਕੁਝ ਦੁਕਾਨਾਂ ਤੇ ਹੀ ਮਿਲਦੀਆਂ ਨੇ ਇਹ ਨਹੀਂ ਯੂਨੀਫਾਰਮ ਵਿੱਚ ਵੀ ਬਦਲਾਅ ਹੁੰਦਾ ਰਹਿੰਦਾ ਹੈ ਯੂਨੀਫਾਰਮ ਜੋਤੇ ਆਦ ਵਿੱਚ ਕਲਰ ਡਿਜ਼ਾਈਨ ਸਟicker ਅਤੇ ਟੈਗ ذریعے ਬਦਲਾ ਕੀਤਾ ਜਾਂਦਾ ਜਿਹੇ ਵਿੱਚ ਮਹਿੰਗੀ ਸਕੂਲ ਫੀਸ ਯੂਨੀਫਾਰਮ ਤੇ ਕਿਤਾਬਾਂ ਵਜੋਂ ਬੱਚਿਆਂ ਦੀ ਪੜਾਈ ਮਾਪਿਆਂ ਦੇ ਮਹਿੰਗੇ ਪ੍ਰੋਜੈਕਟ ਦੀ ਤਰ੍ਹਾਂ ਜਾਪਦੀ ਹੈ ਸਾਵਧਾਨ ਪਹਿਨ ਵਾਲੀ ਹੈ ਭਿਆਨਕ ਗਰਮੀ 5 ਦਿਨ ਤੱਕ ਹੀਟ ਵੇਵ ਦੀ ਚੇਤਾਵਨੀ ਉਤਰੀ ਪੱਛਮੀ ਰਾਜਾਂ ਵਿੱਚ ਗਰਮੀਆਂ ਸ਼ੁਰੂ ਹੋ ਗਈਆਂ ਨੇ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅੱਜ ਦਿਨ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰ ਪੱਛਮੀ ਭਾਰਤ ਵਿੱਚ ਵਧ ਤਰ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਉਹ ਵਧੇਗਾ ਇਹ ਅਗਲੇ 4-5 ਦਿਨਾਂ ਵਿੱਚ ਹੋ ਜਾਵੇਗਾ ਇਸ ਦਾ ਮਤਲਬ ਹੈ ਕਿ ਗਰਮੀ ਹੋਰ ਵਧਣ ਵਾਲੀ ਹੈ ਗੁਜਰਾਤ ਦੇ ਸ਼ੌਰਸ਼ਟਰ ਅਤੇ ਕੱਚ ਦੇ ਖੇਤਰਾਂ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਅਗਲੇ 5 ਦਿਨਾਂ ਤੱਕ ਹੀਟ ਵੇਵ ਜਾਰੀ ਰਹਿਣ ਵਾਲੀ ਹੈ ਮੌਸਮ ਵਿਭਾਗ ਮੁਤਾਬਕ ਚਾਰਖੰਡ ਗੰਗਾ ਪੱਛਮੀ ਬੰਗਾਲ ਬਿਹਾਰ ਵਿੱਚ ਵਰਤਵਾਰ ਤਾਪਮਨ ਔਸਤ ਤੋਂ 3 ਤੋਂ 5 ਡਿਗਰੀ ਘੱਟ ਹੈ ਤੇ ਦੂਜੇ ਪਾਸੇ ਪੱਛਮੀ ਉੱਤਰ ਪ੍ਰਦੇਸ਼ ਛਤੀਸਗੜ੍ਹ 오ਡੀਸ਼ਾ ਅਨੁਰਾਚਲ ਪ੍ਰਦੇਸ਼ ਅਸਾਮ ਮਗਾਲਿਆ ਨਾਗਾਲੈਂਡ ਮਝਰਮ ਤ੍ਰਿਪੁਰਾ ਮਣੀਪੁਰ ਵਿੱਚ ਇਹ ਔਸਤ ਨਾਲੋਂ 1 ਤੋਂ 3 ਡਿਗਰੀ ਘੱਟ ਹੈ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਪੰਜਾਬ ਰਾਜਸਥਾਨ ਗੁਜਰਾਤ ਮੱਧ ਮਹਾਰਾਸ਼ਟਰ ਰੋਕੋਕਣ ਗੋਆ ਵਿੱਚ ਵਰਤਵਾਰ ਤਾਪਮਨ ਔਸਤ ਨਾਲੋਂ 2 ਤੋਂ 4 ਡਿਗਰੀ ਸੈਲਸੀਅਸਾ ਵਾਧ ਰਿਹਾ ਹੈ ਅਗਲੇ ਔਰਵਜ ਦਿਨਾਂ ਵਿੱਚ ਹੀਟ ਵੇਵ ਚੱਲਣ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਜਿਹੜੇ ਦਿੱਲੀ ਚ ਚੋਰ ਉਹ ਪੰਜਾਬ ਚ ਸਾਧੋ ਕਿਵੇਂ ਬਣ ਸਕਦੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੋਲੇ ਮਨਜੀਠੀਆ ਲਾਸਟ ਖਬਰ ਹੈ ਜੀ ਲੋਕ ਸਭਾ ਚੋਣਾਂ ਨੇੜੇ ਹਨ ਤਾਂ ਉੱਥੇ ਹੀ ਸਿਆਸੀ ਆਗੂ ਆਪਣੇ ਪਾਰਟੀ ਦੇ ਪ੍ਰਚਾਰ ਵਿੱਚ ਲਗੇ ਹੋਏ ਨੇ ਇਸ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਤ ਸਿੰਘ ਮਨਜੀਠੀ ਆਖੰਨਾ ਪਹੁੰਚੇ ਇੱਥੇ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਏ ਗੇਜਰੀਵਾਲ ਦੀ ਗ੍ਰਿਫਤਾਰੀ ਬਾਰੇ ਕਿਹਾ ਕਿ ਜਿਹੜੇ ਲੋਕਾਂ ਨੇ ਇੱਕ ਕਪਲਾ ਦਿੱਲੀ ਵਿੱਚ ਕੀਤਾ ਹੈ ਉਹਨਾਂ ਨੇ ਹੀ ਇਹ ਕਪਲਾ ਪੰਜਾਬ ਵਿੱਚ ਵੀ ਕੀਤਾ ਹੈ ਜੇਕਰ ਉਹ ਦਿੱਲੀ ਵਿੱਚ ਚੋਰ ਹਾਂ ਤਾਂ ਪੰਜਾਬ ਵਿੱਚ ਸਾਧੂ ਕਿਵੇਂ ਬਣ ਸਕਦੇ ਨੇ ਪੰਜਾਬ ਵਾਲਿਆਂ ਨੂੰ ਵੀ ਫੜਨਾ ਚਾਹੀਦਾ ਇਹਨਾਂ ਕੰਪਨੀਆਂ ਬਾਰੇ ਮੈਂ 2022 ਵਿੱਚ ਸਵਾਲ ਖੜੇ ਕੀਤੇ ਸੀ ਮਨਜੀਠੀਆ ਨੇ ਕਿਹਾ ਕਿ ਦਿੱਲੀ ਵਾਲੇ ਤਾਂ ਫੜੇਗੇ ਪਰ ਪੰਜਾਬ ਵਾਲਿਆਂ ਨੂੰ ਕਿਸੇ ਨੇ ਨਹੀਂ ਫੜਿਆ ਅਕਾਲੀ ਆਗੂ ਵਿਕਰਮ ਮੰਜੀਠੀਆ ਨੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਬਾਰੇ ਬੋਲਦਿਆਂ ਕਿਹਾ ਕਿ ਸੰਗਰੂਰ ਵਿੱਚ ਨਕਲੀ ਸ਼ਰਾਬ ਪੀਣ ਨਾਲ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਜ਼ਿਲ੍ਹਾ ਅਤੇ ਵਿੱਤ ਮੰਤਰੀ ਦਾ ਹਲਕੇ ਸਰਕਾਰ ਦੀ ਮਿਲੀ ਭਗਤ ਤੋਂ ਬਿਨਾ ਸਰਕਾਰ ਸ਼ਰਾਬ ਨਹੀਂ ਵੇਚ ਸਕਦੀ ਉਤ ਸੇ ਖੰਨਾ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਮੰਜੀਠੀਆ ਨੇ ਕਿਹਾ ਕਿ ਇੱਥੇ ਵਾਲਿਆਂ ਨੇ ਕੁਝ ਨਹੀਂ ਕਰਨਾ ਜਿਹੜੇ ਇੱਥੇ ਕੰਮ ਕਰ ਰਹੇ ਸੀ ਉਹਨਾਂ ਦੀ ਇਸ ਸਟੇਟਿੰਗ ਆਮ ਆਦਮੀ ਪਾਰਟੀ ਨਾਲ ਹੋ ਗਈ ਹੈ ਮਾਈਨਿੰਗ ਮਾਫੀਆ ਤੇ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਸੀ ਮਾਈਨਿੰਗ ਦਾ ਪਰਚਾ ਮਸ਼ੀਨਰੀ ਤੇ ਦਿੱਤਾ ਜਾ ਰਿਹਾ ਸੀ ਇਨਸਾਨ ਤੇ ਨਹੀਂ ਆਮ ਆਦਮੀ ਪਾਰਟੀ ਦੀ ਕਮਾਈ ਮਾਈਨਿੰਗ ਅਤੇ ਸ਼ਰਾਬ ਨਾਲ ਹੁੰਦੀ ਹੈ ਇਸ ਦੇ ਨਾਲ ਹੀ ਮਜੀਠੀਆ ਨੇ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਬਾਰੇ ਹੋਰ ਖੁਲਾਸੇ ਹੋਣ ਦੀ ਗੱਲ ਕਹੀ ਹੈ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੀਆਂ ਹੋਰ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ